ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਬਾਦਾ ਵਿਖੇ ਬੀਤੇ ਦਿਨੀ ਸਰਪੰਚ ਵੱਲੋਂ ਪੰਚਾਇਤੀ ਜ਼ਮੀਨ 'ਤੇ ਪੰਜ ਪੰਜ ਮਰਲੇ ਦੇ ਪਲਾਟ ਕੱਟੇ ਗਏ ਸਨ, ਜਿਨ੍ਹਾਂ ਪਲਾਟਾਂ ਨੂੰ ਲੈ ਕੇ ਪਿੰਡ ਦੇ ਹੀ ਲੋਕ ਆਹਮਣੇ ਸਾਹਮਣੇ ਆ ਗਏ ਹਨ। ਪਿੰਡ ਦੇ ਇੱਕ ਧੜੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਹ ਇਲਜ਼ਾਮ ਲਾਏ ਜਾ ਰਹੇ ਹਨ ਕਿ ਸਰਪੰਚ ਵੱਲੋਂ ਪਿੰਡ ਦੇ ਬਾਹਰਲੇ ਲੋਕਾਂ ਨੂੰ ਪਲਾਟ ਦਿੱਤੇ ਗਏ ਹਨ ਅਤੇ ਪੰਜ ਮਰਲੇ ਦੀ ਥਾਂ 'ਤੇ ਪੌਣੇ ਚਾਰ ਮਰਲੇ ਦੇ ਪਲਾਟ ਦਿੱਤੇ ਗਏ ਹਨ। ਇਹ ਜੋ ਜਗ੍ਹਾ ਹੈ, ਇਹ ਉਹੀ ਜਗ੍ਹਾ ਹੈ ਜਿੱਥੇ ਪਲਾਟ ਕੱਟੇ ਗਏ ਸਨ। ਅੱਜ ਪਿੰਡ ਦੇ ਹੀ ਲੋਕਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਵੀ ਲਗਾਇਆ ਗਿਆ, SHO ਸਦਰ ਨੂੰ ਦਰਖਾਸਤਾਂ ਵੀ ਦਿੱਤੀਆਂ ਗਈਆਂ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਦਰਖਾਸਤਾਂ ਦਿੱਤੀਆਂ ਗਈਆਂ, ਜਿਸ ਵਿੱਚ ਕਿਹਾ ਗਿਆ ਕਿ ਸਰਪੰਚ ਵੱਲੋਂ ਪਿੰਡ ਦੀ ਹੀ ਲੜਕੀ ਨੂੰ ਕੁੱਟਮਾਰ ਬਾਹਰਲੇ ਬੰਦਿਆਂ ਵੱਲੋਂ ਬੁਲਾ ਕੇ ਕੀਤੀ ਗਈ ਹੈ। ਉੱਥੇ ਦੂਜੇ ਪਾਸੇ ਪਿੰਡ ਦੇ ਹੀ ਲੋਕਾਂ ਵੱਲੋਂ ਸਰਪੰਚ ਦੇ ਹੱਕ ਵਿੱਚ ਇਕੱਠੇ ਹੋ ਕੇ ਨਾਅਰੇ ਲਗਾਏ ਗਏ ਅਤੇ ਕਿਹਾ ਗਿਆ ਕਿ ਸਰਪੰਚ ਵੱਲੋਂ ਜੋ ਵੰਡ ਕੀਤੀ ਗਈ ਹੈ ਉਹ ਬਿਲਕੁਲ ਸਹੀ ਅਤੇ ਦਰੁਸਤ ਹੈ, ਪਰ ਕੁਝ ਵਿਰੋਧੀ ਧਿਰ ਇਸ ਨੂੰ ਖਰਾਬ ਕਰ ਰਹੀ ਹੈ। ਮਾਮਲਾ ਦੋਵਾਂ ਧਿਰਾਂ ਵਿੱਚ ਉਲਝ ਗਿਆ ਹੈ। ਹੁਣ ਪ੍ਰਸ਼ਾਸਨ ਕਿਸ ਹੱਦ ਤੱਕ ਇਸ ਮਾਮਲੇ ਨੂੰ ਸ਼ਾਂਤ ਕਰਾ ਪਾਉਂਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ। चार जनानियों को थप्पड़ मारे हैं, ठीक है, और हमारी जो माता बहन है ना उन्हें इंसाफ मिलना चाहिए। जो प्लाट बंडे हैं ना वो सारे प्रशासन तो यही मांग चाहते हैं भी साढ़े को पूरी पंचायत का साडा साथ है, असं कोई गलत नहीं कर सकते। ये बंदियां वास्ते जो ये कर रहे हैं भी खून दी कोशिशें कर रहे हैं, वो की नाम है थोड़ा? नरेश कुमार सिंह। की मसला चल रहा? मसला जी पांच पांच मरले प्लाट अपने पंचायत आम आदमी पार्टी नरेंद्र पाल सिंह जी सामना आपके हत्थों उद्घाटन करके साड़ी पंचायत ने बहुत वधिया गरीबों वास्ते असी सारे इन्हों प्लाट अनाउंस किए थे, विरोधी पार्टियां वो विरोध कर रही हैं इस चीज़ का, जो ये नजायज़ है। ਤੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ? ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਚਾਹੁੰਦੇ ਹਾਂ ਵੀ ਸਾਡੇ ਕੋਲ ਪੂਰੀ ਪੰਚਾਇਤ ਦਾ ਸਾਡਾ ਸਾਥ ਹੈਗਾ, ਅਸੀਂ ਕੋਈ ਗਲਤ ਨਹੀਂ ਕੀਤਾ। ਇਹ ਨਜਾਇਜ਼ ਜਿਹੜੇ ਆਰੋਪ ਲਾ ਰਹੇ ਆ ਸਾਡੇ 'ਤੇ, ਜਿਹੜੇ ਗਰੀਬ ਬੰਦਿਆਂ ਵਾਸਤੇ ਜੋ ਇਹ ਕਰ ਰਹੇ ਨੇ ਵੀ ਖੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਉਹ ਇਹ ਨਾ ਹੋਵੇ ਤਾਂ ਕਿ ਸਾਡੀ ਜੋ ਵੀ ਪੰਚਾਇਤ ਸਾਰੀ ਨੇ ਕੋਈ ਗਲਤ ਨਹੀਂ ਕੀਤਾ। ਸਰਪੰਚ ਸਾਹਿਬ ਨੇ ਜਿਹੜੇ ਪਲਾਟ ਦਿੱਤੇ ਨੇ ਬਿਲਕੁਲ ਸਹੀ ਦਿੱਤੇ ਨੇ ਤੁਹਾਡੇ ਕਹਿੰਦੇ? ਸਰਪੰਚ ਸਾਹਿਬ ਨੇ ਬਿਲਕੁਲ ਗਰੀਬ ਵਰਗ ਨੂੰ ਪਲਾਟ ਦਿੱਤੇ ਆ, ਕਿਸੇ ਕੋਲ ਜਿਹਨਾਂ ਕੋਲ ਨਹੀਂ ਸੀ ਉਹਨਾਂ ਨੂੰ ਮਿਲੇ ਆ, ਲੋੜਵੰਦਾਂ ਨੂੰ ਮਿਲੇ ਆ, ਬਿਲਕੁਲ ਪੰਚਾਇਤ ਦੇ ਮਤੇ ਦੇ ਨਾਲ ਸਹਿਮਤੀ ਦੇ ਨਾਲ, ਕੋਈ ਅਸੀਂ ਨਜਾਇਜ਼ ਨਹੀਂ ਕੀਤਾ। ਫਿਰ ਉਹਨਾਂ ਵੱਲੋਂ ਇੰਜਾਮ ਕਿਉਂ ਲਗਾਏ ਜਾ ਰਹੇ ਨੇ ਕਿ ਸਾਨੂੰ ਪਲਾਟ ਨਹੀਂ ਮਿਲਾ, ਸਰਪੰਚ ਨੇ ਪਲਾਟ ਵੇਚ ਦਿੱਤੇ ਨੇ ਅਤੇ ਵਗੈਰਾ ਵਗੈਰਾ? ਇਲਜ਼ਾਮ ਇਸ ਤਰ੍ਹਾਂ ਦੇ ਨੇ ਜੀ, ਵੇਖੋ ਜੋ ਵੀ ਪਿਛਲੇ ਜੋ ਵੀ ਸਰਪੰਚ ਬਣੇ ਨੇ ਉਹਨਾਂ ਕੋਲ ਆਪ ਦੇ ਕੋਈ ਕੰਮ ਨਾ ਹੋਣ ਕਰਕੇ, ਜੇ ਸਾਡੇ ਸਰਪੰਚ ਸਾਹਿਬ ਨੇ ਦੋ ਵਾਰੀ ਬਣੇ ਨੇ, ਬਹੁਤ ਪਿੰਡ ਦੇ ਵਿੱਚ ਵਿਕਾਸ ਵੇਖ ਕੇ ਨਹੀਂ ਜੜਿਆ ਜਾ ਰਿਹਾ, ਉਹਦੀ ਵਜ੍ਹਾ ਹੈ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਤੋੜ ਰਹੇ ਨੇ ਨਾਲ। ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਚਾਹੁੰਦੇ ਹੋ? ਅਸੀਂ ਪ੍ਰਸ਼ਾਸਨ ਤੋਂ ਮੰਗ ਇਹ ਚਾਹੁੰਦੇ ਹਾਂ ਵੀ ਸਾਡੇ ਜੋ ਕੰਮ ਹੋ ਰਿਹਾ ਬਿਲਕੁਲ ਸਹੀ ਹੋ ਰਿਹਾ, ਇਸ ਚੀਜ਼ ਦਾ ਵਿਰੋਧ ਨਾ ਕੀਤਾ ਜਾਵੇ। ਅਸੀਂ ਫਿਰ ਵੀ ਪੰਚਾਇਤ ਸਾਰੀ ਨੇ ਸਹਿਮਤੀ ਕੀਤੀ ਆ ਵੀ ਜੋ ਵੀ ਲੋੜਵੰਦ ਹੈਗਾ ਅਸੀਂ ਅੱਗੇ ਤੋਂ ਵੀ ਉਹਨਾਂ ਤੋਂ ਪਿਛਾ ਨਹੀਂ ਹਟਾਂਗੇ, ਉਹਨਾਂ ਦਾ ਖਿਆਲ ਰੱਖਾਂਗੇ। ਜੋ ਵੀ ਸਰਕਾਰ ਵੱਲੋਂ ਸਕੀਮ ਆਵੇਗੀ ਹੁਣ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਅੱਗੇ ਕਰਾਂਗੇ। ਜਿਹੜੇ ਪਲਾਟ ਵੰਡੇ ਗਏ ਨੇ ਉਹ ਕੀ ਤੁਹਾਡੇ ਪਿੰਡ ਦੇ ਬੰਦਿਆਂ ਨੂੰ ਵੀ ਵੰਡੇ ਗਏ ਨੇ? ਸਾਰੇ ਬੰਦੇ, ਕੋਈ ਬਿਜਲੀ ਕਰਕੇ, ਕੋਈ ਨਹੀਂ ਆਵਾਜ਼ੀ ਕੇ, ਕੋਈ ਯੂਪੀ ਮੈਂ ਡਬਲ ਡਬਲ ਵੋਟ ਬਣਵਾ ਬੈਠੇ ਉਹਨੂੰ ਪਲਾਟ ਦੇਈ ਜਾ ਰਹੇ ਹੈ। ਜੋ ਚਾਰ ਬੰਦੇ ਹੈ ਨਾ, ਦੋ ਕੋ ਪਲਾਟ ਸਰਪੰਚ ਦੇ, ਦੋ ਆਪਣੇ ਰੱਖ ਲੈਂਦਾ ਹੈ ਅਤੇ ਬਾਅਦ ਕੇ ਸਾਰੇ ਵੇਚ ਲੈਂਦੇ ਤੋਂ ਆਪਣੀ ਮਰਜ਼ੀ ਨਾਲ, ਕੋਈ ਬੰਦੇ ਕੋ ਨਹੀਂ ਸੱਦਰ ਹੈ, ਰਾਏ ਮਸ਼ਵਰਾ ਨਹੀਂ ਲੈਂਦਾ। ਸਾਡਾ ਲੰਬਰਦਾਰ ਹੈ, ਉਸਕੋ ਰਾਏ ਮਸ਼ਵਰਾ ਲੈਣਾ ਚਾਹੀਏ, ਇਹ ਕੁਛ ਨਹੀਂ ਲੈਂਦਾ, ਇਹ ਆਪਣੀ ਮਰਜ਼ੀ ਚਲਾਤਾ ਹੈ। ਜੇ ਅਸੀਂ ਲੋਕ ਬੋਲੀਏ ਨਾ ਤਾਂ ਕਹਿੰਦਾ ਹੈ, ਮੈਂ ਤਾਂ DC ਦੇ ਪਾਸ ਕਰਾਈ ਹੈ ਜਗ੍ਹਾ, DC ਨੇ ਐਸਾ ਨਹੀਂ ਕਰਦੀ ਹੈ। DC ਨੇ ਹਮਨੇ ਕੀ ਕਰਾਈ ਹੈ ਤੁਮਨੇ ਪਾਸ? DC ਨੇ ਗਰੀਬ ਬੰਦੇ ਕੇ ਲਈ ਕੀ ਹੈ? ਉਸਕੋ ਇਹ ਨਹੀਂ ਪਤਾ ਹੈ ਗਰੀਬ ਕੋ ਵਾਟਰ ਆ, ਕੋ ਅਮੀਰ ਕੋ ਵਾਟਰ ਹੋਇਆ, ਠੀਕ ਹੈ। ਸਾਨੂੰ ਇਨਸਾਫ ਮਿਲਣਾ ਚਾਹੀਏ, ਕੈਂਸਲ ਕਰੇ ਜਾ ਚਲਾ, ਠੀਕ ਹੈ। ਤੁਸੀਂ ਕੋਲ ਨਾ ਪਿਛਲੇ ਵੀ ਪ੍ਰੂਫ ਪੜ੍ਹੇ ਹੈ, ਰਿਸ਼ਕੀਆਂ ਤੱਕ ਪੜ੍ਹੀਆਂ ਇਸਨੇ, ਜਿਸ ਕੋ ਦੀਏ ਹੈਗੇ ਨਾ, ਮੇਰੇ ਕੋਲ ਸਾਰੇ ਪ੍ਰੂਫ ਪੜ੍ਹੇ ਹੈ, ਮੇਰੀ ਉਦੋਂ ਵੀ ਕੋਈ ਸੁਣਵਾਈ ਨਹੀਂ ਹੋਈ ਹੈ।
इस मामले नु लेके तुसी किसी अफसर नु मिले हो आज जाके? डीसी दफ्तर मिल चुके, थाने भी जा चुके, सारे पासे जाए, कोई सुनवाई नहीं हो रही। ठीक, मेरी सुनवाई हो तो हम चक्का जाम ही करे। ठीक है, मेरी सुनवाई होने इंसाफ सानू मिलना चाहिए। हाँ जी, की नाम है अपना जी? कितों के रहने वाले हो? की मसला सी अज? साडा मसला हैगा सी, साडी कुड़ियां नाल नाइंसाफी होई है, ओ सानू चाहिदा है इंसाफ। की नाइंसाफी होई है जी? साडी कुड़ियां नू थप्पड़ मारे गए सी प्लाटा विच। किंदे वल्लों थप्पड़ मारे गए सी जी? सरपंच ने बाहर दे बंदे बुलाए सी। ए कदों दी घटना है जी? ए जिस दिन प्लाट वंडे गए सी। हाँ जी, डीसी दफ्तर गए सी, सोना साहब को भी गया, मारे गई सरपंच मारे गई जी असी खिलाफ कार्रवाई करने चाहते हैं। ठीक है जी, ठीक। की नाम है सर अपना जी? मेरा रजिंदर कुमार है। की मामला सर? ये पिंड बाधे का मामला है जी। वैसे तो 23 तरीक बोली हुई थी जमीन की, जेडे ने प्लाट दिते ना, बिल्कुल कोई पिंड बाधे का वसनीक नहीं। 120 प्लाट वंडे ने, जिन्हें 20 जायज होने 100 नजायज ने। सरकारी मुलाजम लगे हैं, 5-4 घर है जो सरकारी मुलाजम लगे हैं। एक एक मैंबर 25-30 की प्लाट दिते गए, किसी ने 6 किसी ने 5, एक मैंबर कले नहीं 25-30 प्लाट दिते गए। अच्छे तो गरीब इन्ना बेचारे आप आ जाके लड़के पर देखो किराए तो रहा, किसी ने नहीं मिल रहा, यह नजायज बन रहा। ऐसे डीसी को जा चुके हैं, SHO को ऐसे सदर भी कंप्लेन कर चुके हैं, BDO को भी कर चुके हैं, MLA साहब ने भी कंप्लेन कर चुके हैं, बड़ी सारी कंप्लेन कर चुके हैं। लेकिन इस टाइम साडा मुंडा ज़्यादा जो बेटियां ना थप्पड़ मारे गए ना, बाहर के गुंडे बुला के वो लड़की किराए से रही बेचारी प्लाट लैन गई, तो बाहर के बंदे ने आकर उन्होंने थप्पड़ मारा गया। एक लड़की और बेचारी ने बदतमीजी की कि उस टाइम है नहीं, तो सूँ अंदर बयान दवा दे DC दफ्तर के सामने। असं चाहते भी इस टाइम तो प्लाट कैंसल होने पर मेन मुद्दा साढ़े पिंड की धी पैंता। MLA ने तो यह कहता भी मैं सरपंचा फोन करदा प्लाट कैंसल करा देना, BDO ने फोन करता भी मैं कैंसल करा देना, पर MLA उस तो बाद चंडीगढ़ चला गया। वो कहता मैं मेरी वेट करो, कल तक मैं आ जावांगा, फिर डिसीजन लवेंगे। उस तो पहले बड़े को जा चुके हैं, किसी ने साड़ी की कार्रवाई नहीं की। रवि है जी, कितों रहने वाले हो? बाधे पिंड जी। की मामला है जी? अज साडा मामला जी, पहला प्लाट वंडे गए थे जी, असं बचपन तो रहने, साडे दादे परदादे रहिंदे जी, सानू कोई सुनाई नहीं हुई जी। अच्छा, कई बार भी कहा से, हुन भी कहा से। अच्छा जी, सानू कोई प्लाट नहीं दिता, नाले मेरी सिस्टर नू थप्पड़ भी मरवाया बाहर दे बंदे बुला के, ते प्लाट वेख लो 5-5 मरले दे कह के, ते उन्हें 4.5 मरले, ते उन्हें उन्दे असीं मकान पावांगे कि जा करांगे, ते उन्हां नू दित्ते जाण जिहड़े बेचारे किराए ते बैठे ने, जिन्हां कोलों घर दा थां भी नहीं हैगा, जिन्हां दी जायदाद नहीं है, बच्चे 4-4 5-5 मुंडे हैगे ने, 4 मरलियां दे विच उन्हां नू सैटिंग नहीं हुंदी, ते साडे हत्थ जोड़ के बेनती है उन्हां नू दित्ते जाण प्लाट। नहीं नहीं, तुसी सरकार तो यही मांग करते हो बस? हाँ जी, यही मांग करते हैं, जात देन उन्हां नू जिन्हां दा प्लाट नहीं हैगे, गरीब हैगे ने, जिन्हां दे सिर ते छत नहीं हैगी, रहन दा उन्हां दा बसेरा नहीं हैगा, उन्हां नू दित्ते जाण, ये उन्हां नू दित्ते जा रहे ने जिन्हां नू पिछली वारी प्लाट मिले ने, ते उन्हां नू हुण भी 3 दिन प्लाट उन्हां नू हुण फिर भी दे उन्हां नू देते ने, ते लिस्ट कढ़ाई जावे पिछली, ठीक है, पिछली लिस्ट कढ़ाई जावे, उस दे विच ओ लिस्ट दे हिसाब वेख्या जावे, ते साडी सरकार अगे ये बेनती है, जां ते खर्च कर देन
ਜਾਂ ਤਾਂ ਸਾਨੂੰ ਇਨਸਾਫ ਚਾਹੀਦਾ ਬਸ। ਠੀਕ ਹੈ ਜੀ, ਦਿਨ ਦਰਖਾਸਤਾਂ ਹੈ ਜੀ, ਇੱਕ ਨਹੀਂ ਹੈ। ਠੀਕ ਹੈ, ਦਿਨ ਦਰਖਾਸਤਾਂ ਅਲੱਗ ਅਲੱਗ ਮੈਡਮ ਦੀਆਂ। ਉਹ ਸਰਪੰਚ ਨੇ ਪਲਾਟ ਕੱਟੇ ਸੀ 23 ਤਰੀਕ ਨੂੰ, ਸਰਕਾਰ ਦੇ ਪਾਸ ਕਰਵਾ ਕੇ ਪਲਾਟ ਪਬਲਿਕ ਨੂੰ ਵੰਡੇ ਸੀ ਪਿੰਡ ਦੇ ਲੋਕਾਂ ਨੂੰ। ਉਹਦੇ 'ਚ ਕੋਈ ਉਹਨਾਂ ਦਾ ਆਪਸੀ 'ਚ ਪਤਾ ਨਹੀਂ ਕੀ ਹੋਇਆ, ਦਰਖਾਸਤਾਂ ਹੁਣ ਆਈਆਂ ਜੀ ਪਰਸੋਂ ਕੱਲ੍ਹ। ਉਹਦੇ 'ਚ ਤਿੰਨੇ ਜਿਹੜੀਆਂ ਜਨਾਨੀਆਂ ਉਹਨਾਂ ਨੇ ਦਰਖਾਸਤਾਂ ਦਿੱਤੀਆਂ, ਉਹਨਾਂ ਦੇ ਬਿਆਨ ਲਿਖ ਲਏ ਹੈ। ਅਤੇ ਜਿਹੜੀ ਦੂਜੀ ਪਾਰਟੀ ਸਰਪੰਚ ਪਾਰਟੀ, ਉਹਨਾਂ ਨੂੰ ਸ਼ਾਮਲ ਪੜਤਾਲ ਕਰਨਾ ਚਾਹੀਦਾ। ਸਰ, ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਕੱਲ੍ਹ ਦੀ ਦਰਖਾਸਤ ਦਿੱਤੀ ਗਈ ਹੈ, ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਹਜੇ ਤੱਕ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ। ਚੱਲ ਰਹੀ ਹੈ ਜੀ, ਅੰਡਰ ਪ੍ਰੋਸੈਸ ਹੈ। ਠੀਕ ਹੈ ਸਰ। ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਂ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇਂ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ, ਜੈ ਭਾਰਤ।